ਪੈਸੇ ਨਾਲੋਂ ਜ਼ਿਆਦਾ ਚਾਹੁੰਦਾ ਸੀ ਜਿਹੜੀ ਨਮਕੀਨ ਬੱਚੀ ਪਈ ਹੈ, ਬਿਸਕੁਟ ਬੱਚੇ ਪਏ ਆ, ਉਹ ਖਾਵਾਂਗੇ। ਜਿਹੜੇ ਪਰਾਹੁਣੇ ਖਾ ਕੇ ਗਏ ਆ, ਇਹ ਦੁਬਾਰਾ ਜਿਹੜੇ ਹੋਰ ਕੋਈ ਪਰਾਹੁਣੇ ਹੋਣੇ ਉਹਨਾਂ ਲਈ ਰੱਖੇ ਆ। ਅੱਖਾਂ ਤੇ ਖਾਂਦੇ ਸੀ ਨਾ ਕਰਦੇ। ਬਚਪਨ ਚ ਕੁੱਟ ਕਿੰਨੀ ਖਾਧੀ ਆ ਘਰਦਿਆਂ ਤੋਂ ਤੇ ਜਾਂ ਸਕੂਲ ਤੋਂ? ਇਹਨੇ ਬਹੁਤ ਜ਼ਿਆਦਾ ਖਾਧੀ। ਤੁਸੀਂ ਜ਼ਿਆਦਾ ਖਾਧੀ ਆ? ਮਾੜਾ ਜਿਹਾ ਮੈਨੂੰ ਜਗ੍ਹਾ ਦੇ ਦੋਗੇ ਤੁਸੀਂ? ਮੈਨੂੰ ਦੇਖੋ ਕਿੰਨਾ ਔਖਾ ਹੋ ਰਿਹਾ ਹੈ। ਕੁੱਟ ਕਦੇ ਖਾਧੀ? ਤੁਸੀਂ ਕੀ ਕਰਦੇ ਹੁੰਦੇ ਸੀਗੇ? ਬਸ ਘਰਦੇ ਨਾਲ ਜੀ ਕਰਿਆ ਕੁੱਟਤਾ ਬਸ। ਅੱਛਾ, ਨਜਾਇਜ਼ ਜੀ? ਨਜਾਇਜ਼ ਜੀ? ਇੱਦਾਂ ਨਹੀਂ ਸੀ ਸਾਡੇ ਘਰਦੇ, ਇੱਦਾਂ ਦੇ ਹੀ ਆ। ਹੁਣ ਤਾਂ ਚਲੋ ਕੱਟ ਗਈ, ਪਹਿਲਾਂ ਤਾਂ ਕਾਫੀ ਹੁੰਦੀ ਸੀ। ਅੱਛਾ, ਬਿਨਾਂ ਗੱਲ ਤੋਂ ਹੀ? ਬਿਨਾਂ ਗੱਲ ਤੋਂ। ਪਹਿਲੀ ਵਾਰੀ ਦੇਖਿਆ ਵੀ ਬਿਨਾਂ ਗੱਲ ਤੋਂ ਕੁੱਟ ਪੈਂਦੀ ਆ। ਤੁਸੀਂ ਕਿੰਨੀ ਕੁੱਟ ਖਾਧੀ ਆ? ਮੈਂ ਬਹੁਤ ਖਾਧੀ ਆ। ਕਿਹੜੀ ਗੱਲੋਂ? ਮੈਂ ਛੋਟਾ ਜਿਹਾ ਹੁੰਦਾ ਸੀ, ਮੈਂ ਨਹਾ ਧੋ ਕੇ ਮੈਨੂੰ ਘਰਦਿਆਂ ਨੇ ਭੇਜਣਾ ਕਿ ਚੱਲ ਜਾ ਬਾਹਰ, ਮੈਂ ਜਾ ਕੇ ਲਿਟ ਕੇ ਉੱਥੇ ਲਿਬੜ ਕੇ ਫਿਰ ਆ ਜਾਣਾ ਅਤੇ ਆ ਕੇ ਫਿਰ ਕੁੱਟ ਪੈਂਦੀ। ਅੱਛਾ, ਪਿਆਰ ਕੌਣ ਕਰਦਾ ਸੀ ਵੀ ਜ਼ਿਆਦਾ? ਪਿਆਰ ਸਾਰੇ ਲਗਭਗ ਸੇਮ ਹੀ ਕਰਦੇ ਆ, ਬਟ ਇਹ ਸੀਗਾ ਕਿ ਦਾਦੀ ਜ਼ਿਆਦਾ ਕਰਦੀ ਸੀ ਉਸ ਚੱਕਰ 'ਚ, ਕਿਉਂਕਿ ਪੇਰੈਂਟਸ ਤੋਂ ਬਚਾ ਦਿੰਦੇ ਸੀ ਨਾ, ਤਾਂ ਕਰਕੇ ਫਿਰ ਦਾਦੀ। ਹਾਂ, ਅਤੇ ਚਾਹ ਕਿੰਨਾ ਹੁੰਦਾ ਸੀਗਾ ਜਦੋਂ ਨਾਨੀ ਦੇ ਘਰ ਜਾਂਦੇ ਹੁੰਦੇ ਸੀਗੇ? ਮੈਂ ਨਾਨਕੇ ਰਹਿੰਦਾ ਤੇ ਨਾਨੀ ਨਾਲ ਹੀ ਹੈਗੀ, ਚੋ ਹੀ ਚੋ ਹੈ, ਯਾਦ ਕਰਦੇ ਪਏ ਆ ਹੁਣ ਜਾਣਾ ਕੱਲ। ਅੱਛਾ, ਹਾਂਜੀ। ਤੇ ਕਿਉਂਕਿ ਜਦੋਂ ਛੋਟੇ ਹੁੰਦੇ ਸੀਗੇ ਨਾਨੀ ਦੇ ਘਰ ਜਾਂਦੇ ਸੀਗੇ ਸਾਰੇ, ਉਹਨਾਂ ਮੰਡੇ ਚੱਲੇ ਆ ਕਿੱਥੇ ਚੱਲੇ ਆ, ਹਾਂਜੀ ਹਾਂਜੀ, ਉਦੋਂ ਵੱਖਰਾ ਹੀ ਚਾਹ ਹੁੰਦਾ ਸੀਗਾ। ਮਤਲਬ ਕਿਦਾਂ ਦਾ ਲੱਗਦਾ ਹੁੰਦਾ ਸੀ, ਕਿਉਂਕਿ ਸਕੂਲ 'ਚ ਛੁੱਟੀਆਂ ਵੀ ਪਈਆਂ ਹੁੰਦੀਆਂ। ਐਕਚੁਅਲੀ ਕੀ ਸੀਗਾ, ਉਦੋਂ ਨਾ ਪ੍ਰੈਸ਼ਰ ਨਹੀਂ ਹੁੰਦਾ ਸੀਗਾ ਕੋਈ ਦਿਮਾਗ 'ਤੇ, ਉਹ ਚਲੋ ਛੋਟੇ ਹੁੰਦੇ ਸੀ ਉਹਦੇ ਕਰਕੇ ਮੈਂਟਲੀ ਥੋੜ੍ਹਾ ਉਸ ਚੀਜ਼ 'ਚ ਫ੍ਰੀ ਹੁੰਦੇ ਸੀ, ਬਟ ਹੁਣ ਜੇ ਹੁਣ ਦੇ ਟਾਈਮ ਦਾ ਅਤੇ ਪਹਿਲੇ ਦੇ ਟਾਈਮ ਦਾ ਕੰਪੇਅਰ ਕਰੀਏ, ਮੰਨ ਲਓ ਜੇ ਅਸੀਂ ਹੁਣ ਵੀ ਜਾਂਦੇ ਹਾਂ, ਬਟ ਉਹ ਟੈਨਸ਼ਨ ਜਾਂ ਕੋਈ ਨਾ ਕੋਈ ਚੀਜ਼ ਦਿਮਾਗ 'ਚ ਰਹਿੰਦੀ ਆ, ਉਹ ਪਹਿਲੇ ਬਚਪਨ ਵਾਲਾ ਉਹ ਸਾਡਾ ਹਿਸਾਬ ਨਹੀਂ ਹੁਣ ਰਹਿ ਗਿਆ ਥੋੜ੍ਹਾ ਜਿਹਾ। ਤਾਂ ਮਤਲਬ ਜਦੋਂ ਜਾਈਦਾ ਸੀ ਭਾਵੇਂ ਭੂਆ ਕੇ ਚੱਲ ਜਾਓ, ਨਾਨਕਿਆਂ 'ਤੇ ਚੱਲ ਜਾਓ, ਮਾਸੀ 'ਤੇ ਚੱਲ ਜਾਓ, ਖੁਸ਼ੀ ਖੁਸ਼ੀ ਜਾਂਦੇ ਕਿ ਚਲੋ ਘਰੋਂ ਗਏ ਆ ਕਿਤੇ, ਬਹੁਤ ਜਾ ਕੇ ਵਧੀਆ ਲੱਗਾ ਉੱਥੇ। ਅਤੇ ਹੁਣ ਚੇਂਜ ਕਿੰਨਾ ਆ ਗਿਆ ਸਰ ਬਚਪਨ 'ਚ ਅਤੇ ਹੁਣ 'ਚ, ਕਿੰਨਾ ਚੇਂਜ ਆ ਗਿਆ? ਬਹੁਤ ਚੇਂਜ ਆ ਮੈਮ, ਪਹਿਲਾਂ ਘੁੰਮਿਆ ਫਿਰਿਆ ਕਰਦੇ ਸੀਗੇ, ਹੁਣ ਟਾਈਮ ਖੁਦ ਲਈ ਟਾਈਮ ਨਹੀਂ ਹੈਗਾ, ਬਸ ਉਹੀ ਚੱਲ ਰਿਹਾ। ਹੁਣ ਆਇਆ ਦੋਸਤਾਂ ਨਾਲ ਇੱਕ ਘੰਟਾ ਮਿਲਿਆ, ਹੁਣ ਫਿਰ ਜਾ ਕੇ ਫਿਰ ਸੋ ਜਾਣਾ, ਅਗਲੇ ਦਿਨ ਫਿਰ ਕੋਆਪਰੇਟ ਲਾਈਫ ਸ਼ੁਰੂ। ਤੇ ਛੋਟੇ ਹੁੰਦੇ ਨਾ ਗੇਮਾਂ ਵਗੈਰਾ ਬਹੁਤ ਖੇਡਦੇ ਹੁੰਦੇ ਸੀਗੇ, ਐਕਟਿਵ ਹੁੰਦੇ ਸੀਗੇ ਬੱਚੇ, ਥੋੜੇ ਨਹੀਂ ਖੇਡਦੇ ਹੈਗੇ। ਤੁਹਾਡੇ ਟਾਈਮ 'ਚ ਕਿਹੜੀਆਂ ਕਿਹੜੀਆਂ ਗੇਮਾਂ ਹੁੰਦੀਆਂ ਜਿਹੜੇ ਖੇਡਦੇ ਸੀਗੇ? ਬਹੁਤ ਗੇਮਾਂ ਖੇਡੀਆਂ ਮੈਮ, ਬੰਟੇ ਹੋ ਗਏ, ਗੁੱਲੀ ਡੰਡਾ ਹੋ ਗਿਆ, ਲੁੱਕਣ ਮੀਚੀ ਹੋ ਗਏ, ਹੁਣ ਤਾਂ ਮੋਬਾਈਲਾਂ ਨੇ ਤਾਂ ਦੁਨੀਆਂ ਖਾ ਲਈ। ਹਾਂ, ਉਹ ਤਾਂ ਹੈ। ਤੁਸੀਂ ਖੇਡੀ ਸਰ ਕੋਈ ਗੇਮ? ਕੋਈ ਜੁੱਤੀਆਂ ਖਾਂਦੇ ਸੀ ਘਰੋਂ? ਨਹੀਂ, ਗੇਮ ਵਿੱਚ ਹੀ ਕਰਦੀਆਂ ਜੁੱਤੀਆਂ ਸਾਰੀਆਂ, ਘਰੋਂ ਬਿਨਾਂ ਦੱਸੇ ਚੱਲ ਜਾਣਾ, ਬਸ ਇਹੀ ਸੀਗਾ ਕਿ ਬਿਨਾਂ ਦੱਸੇ ਚੱਲ ਗਏ, ਇੰਨਾ ਟਾਈਮ ਲਾਇਆ ਬਾਹਰ, ਇੰਨਾ ਟਾਈਮ ਰਹਿ ਗਿਆ। ਪਹਿਲਾਂ ਇਹ ਹੁੰਦਾ ਸੀਗਾ ਕਿ ਘਰਦੇ ਸਾਨੂੰ ਬਾਹਰੋਂ ਫੜ ਕੇ ਲੈ ਕੇ ਆਉਂਦੇ ਕਿ ਚੱਲ ਅੰਦਰ ਚੱਲ ਅੰਦਰ, ਬਟ ਅੱਜ ਕੱਲ੍ਹ ਦੇਖੋ ਕਿ ਅੱਜ ਦੇ ਪੇਰੈਂਟਸ ਕਹਿੰਦੇ ਕਿ ਚੱਲ ਬਾਹਰ ਚੱਲ ਬਾਹਰ, ਕਿ ਇਹ ਚੇਂਜ ਆ ਚੁੱਕਿਆ ਉਸ ਲਾਈਫ 'ਚ। ਅਤੇ ਪਹਿਲਾਂ ਦੀਆਂ ਖੇਡਾਂ, ਕਿਉਂਕਿ ਮੋਬਾਈਲ ਨਹੀਂ ਹੁੰਦੇ ਸੀਗੇ ਅਤੇ ਘਰ ਵਿੱਚ ਕੁਝ ਕੁ ਖਾਸ ਕਰਨ ਨੂੰ ਹੁੰਦਾ ਨਹੀਂ ਸੀਗਾ, ਆਂਢ ਗੁਆਂਢ ਦੇ ਯਾਰ ਦੋਸਤ ਜਿੰਨੇ ਵੀ ਹੁੰਦੇ ਸੀ ਉਹ ਸਾਰਿਆਂ ਨਾਲ ਰਲ ਮਿਲ ਕੇ ਖੇਡਣਾ, ਅਤੇ ਉਹ ਸਮਾਂ ਵਾਕਿਆ ਹੀ ਬੜਾ ਚੰਗਾ ਲੱਗਦਾ ਹੁੰਦਾ ਸੀ। ਬਟ ਤੁਹਾਨੂੰ ਕੀ ਲੱਗਦਾ ਤੁਹਾਡਾ ਬਚਪਨ ਕਿੱਦਾਂ ਦਾ ਆ ਤੇ ਜਿਹੜੇ ਹੁਣ ਬੱਚੇ ਆ ਉਹਨਾਂ ਦਾ ਕਿੱਦਾਂ ਦਾ ਆ? ਮੇਰੇ ਖਿਆਲ ਨਾਲ ਇਹ ਵਿਦਿਨ 15 ਜਾਂ 10 ਸਾਲ ਦੇ ਵਿੱਚ ਵਿੱਚ ਬਹੁਤ ਵੱਡਾ ਇੱਕ ਗੈਪ ਆ ਚੁੱਕਿਆ, ਕਿਉਂਕਿ ਇਹ ਸਾਡੀ AI ਟੈਕਨੋਲੋਜੀ ਹੋਣ ਦੇ ਕਾਰਨ ਅਸੀਂ ਜਿਹੜਾ ਆਪਣੇ ਫਿਜੀਕਲੀ ਐਕਟੀਵਿਟੀ ਤੋਂ ਬਹੁਤ ਹੀ ਖੁੰਝ ਰਹੇ ਹਾਂ। ਹੁਣ ਅਸੀਂ ਫਿਜੀਕਲ ਐਕਟੀਵਿਟੀ ਕਰਨ ਲਈ ਕੀ ਕਹਿ ਲਓ ਕਿ ਪੈਸੇ ਦੇ ਕੇ ਕਿਤੇ ਨਾ ਕਿਤੇ ਅਸੀਂ ਜੁਆਇਨ ਕੀਤਾ, ਕੋਈ ਖੇਡ ਰਹੇ ਹਾਂ, ਕੋਈ ਜੂਡੋ ਕਰਾਟੇ ਕਰ ਰਿਹਾ, ਕੋਈ ਸਪੋਰਟਸ ਲੱਗਾ, ਕੋਈ ਜਿਮ ਲੱਗਾ, ਬਟ ਉਸ ਸਮੇਂ ਇਹ ਇੱਦਾਂ ਦਾ ਟਾਈਮ ਨਹੀਂ ਹੁੰਦਾ ਸੀਗਾ। ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ, ਪਿੰਡਾਂ ਦੇ ਰਹਿ ਕੇ ਉੱਥੇ ਦੇ ਕੰਮ ਕਰਨੇ, ਚਾਹੇ ਖੇਤਾਂ 'ਤੇ ਚਲੇ ਗਏ ਡੰਗਰਾਂ ਨਾਲ ਉਹਨਾਂ ਪੱਠੇ ਵੱਢਣੇ ਉੱਥੇ ਜਾ ਕੇ, ਅਤੇ ਇਹੋ ਜਿਹੇ ਮਤਲਬ ਘਰ ਦੇ ਸਾਰੇ ਕੰਮ ਕਰਦੇ, ਸੋ ਜਿਹੜੀਆਂ ਐਕਟੀਵਿਟੀਆਂ ਹੁਣ ਅਸੀਂ ਖਾਸ ਕਰਦੇ ਹਾਂ ਅਤੇ ਉਹ ਹੁਣ ਮਤਲਬ ਪੈਸੇ ਦੇ ਕੇ ਕਰ ਰਹੇ ਹਾਂ।
ਅੱਛਾ ਮੈਨੂੰ ਇੱਦਾਂ ਦੱਸੋ ਕਿ ਬਚਪਨ ਦੇ ਵਿੱਚ ਘਰੇ ਆਉਂਦੇ ਹੁੰਦੇ ਸੀਗੇ ਗੈਸਟ, ਜਦੋਂ ਉਹ ਜਾਂਦੇ ਹੁੰਦੇ ਸੀ ਬੜਾ ਚਾਅ ਹੁੰਦਾ ਸੀ ਕਿ ਪੈਸੇ ਦੇ ਕੇ ਜਾਣ? ਪੈਸੇ ਨਾਲੋਂ ਜ਼ਿਆਦਾ ਚਾਅ ਹੁੰਦਾ ਸੀ ਜਿਹੜੀ ਨਮਕੀਨ ਬਚੀ ਪਈ ਹੈ, ਹਾਂ ਬਿਸਕੁਟ ਬਚੇ ਪਏ ਆ ਉਹ ਖਾਵਾਂਗੇ, ਅਤੇ ਪੈਸੇ ਪੂਸੇ ਤਾਂ ਮੰਮੀ ਲੈ ਲੈਂਦੀ ਸੀ, ਅਤੇ ਉਹ ਤਾਂ ਕਰਪਟ ਮਨੀ ਹੈ ਇੱਕ, ਹਾਂ ਉਹ ਅੱਜ ਤੱਕ ਨਹੀਂ ਮਿਲੀ। ਨਹੀਂ ਖਾਧੀ ਇਹਦੇ ਪਿੱਛੇ ਜਦੋਂ ਖਾ ਲੈਂਦੇ ਸੀ ਬਿਸਕੁਟ ਵਗੈਰਾ ਖਾਂਦੇ ਸੀਗੇ? ਨਾ ਕੁੜਤਾ ਨਹੀਂ ਪੈਂਦੀ ਸੀ। ਹਾਂ ਨਹੀਂ ਕਈ ਘਰਾਂ ਨੂੰ ਇੱਦਾਂ ਹੁੰਦਾ ਸੀਗਾ ਨਾ ਕਿ ਜਿਹੜੇ ਪਰੌਣੇ ਖਾ ਕੇ ਗਏ ਆ ਇਹ ਦੁਬਾਰਾ ਜਿਹੜੇ ਹੋਰ ਕੋਈ ਪਰੌਣੇ ਹੋਣੇ ਉਹਨਾਂ ਲਈ ਰੱਖੇ ਆ। ਹਾਂ ਅੱਖਾਂ 'ਤੇ ਖਾਂਦੇ ਸੀ ਨਾ ਕਰਦੇ, ਅਤੇ ਉਹ ਬਸ ਹਿੰਮਤ ਹੀ ਨਹੀਂ ਹੁੰਦੀ ਸੀ ਖਾਣ ਦੀ, ਬਸ ਇੱਦਾਂ ਹੀ ਚੱਲਦਾ ਸੀਗਾ। ਜ਼ੋਹੇ ਜ਼ਾਲਮਾ ਵੇ ਤੂੰ ਨਾ ਸਾਰ ਲੈਂਦਾ, ਯਾਦਾਂ ਤੇਰੀਆਂ ਤੇਰੇ ਨੋ ਚੰਗੀਆਂ ਨੇ, ਜਾ ਤੇਰੀਆਂ ਮੇਰਿਆਂ ਸੁਪਨਿਆਂ ਨੇ, ਬਾਰ ਬਾਰ ਵੇ ਵੈਰੀਆ ਡੰਗੀਆਂ ਨੇ, ਹਾਏ ਬੇਸ਼ੱਕ ਬੇਸ਼ੱਕ ਤੂੰ ਪਰਤ ਕੇ ਵੇਖਿਆ ਨਹੀਂ, ਸਰਤਾਜ ਰਿਜਾਂ ਸੂਲੀ ਟੰਗੀਆਂ ਨੇ, ਅਸੀਂ ਫੇਰ ਵੀ ਚੁੰਨੀਆਂ ਚਾਵਾਂ ਦੀਆਂ ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ, ਹਾਏ ਉਹ ਮੇਰਿਆ ਚੰਨਣਾ ਚੰਨਣਾ ਵੇ ਦਸਤੂ ਕਿੱਕਣ, ਮੰਨਣਾ ਵੇ ਕਾਤੋ ਲਾਈਆਂ ਨੇ ਦੇਰਾਂ ਵੇ ਮੈਂ ਅਥਰੂ ਪਈ ਘੇਰਾਂ, ਉਹ ਮੇਰਿਆ ਚੰਨਣਾ ਚੰਨਣਾ ਵੇ ਦਸਤੂ ਕਿੱਕਣ, ਮੰਨਣਾ ਵੇ ਕਾਤੋ ਲਾਈਆਂ ਨੇ ਦੇਰਾਂ ਵੇ ਮੈਂ ਅਥਰੂ ਪਈ ਘੇਰਾਂ, ਤੈਨੂੰ ਵਾਜਾਂ ਪਈ ਮਾਰਾਂ ਮੇਰੀਆਂ ਮਿੰਨਤਾਂ, ਹਜ਼ਾਰਾਂ ਪਾਣੀ ਰਾਵੀ ਦਾ ਵਗਦਾ ਤੇਰਾ ਚੇਤਾ, ਵੀ ਠੱਗਦਾ ਤੇਰਾ ਚੀਰਾ ਰੰਗਵਾਵਾਂ ਬਣ ਕੇ ਸ਼ੀਸ਼ਾ, ਰਹਿ ਜਾਵਾਂ ਮੇਰੇ ਸਾਵੇ ਉਹ ਚੰਨਣਾ ਜੇ ਤੂੰ ਆਵੇਂ, ਉਹ ਚੰਨਣਾ ਵੇ ਗੱਲ ਸੁਣ ਛੱਲਿਆ ਛੱਲਿਆ ਵੇ ਕਿਹੜਾ ਵਤਨਾ, ਮੱਲਿਆ ਵੇ ਛੱਲਾ ਬੇੜੀ ਦਾ ਬੂਰੇ ਵਤਨ ਮਾਈਏ ਦਾ ਪੂਰੇ ਜਾਣਾ, ਕਹਿੰਦੇ ਮੈਂ ਪੂਰੇ ਚੀਰੇ ਵਾਲਿਆ, ਅਸੀਂ ਪੁੱਛਦੇ ਰਹਿੰਦੇ ਹਾਂ ਸੱਚੇ ਰੱਬ ਤੋਂ, ਤੂੰ ਵੀ ਤਾਂ ਕਿਤੋਂ ਬੋਲ ਵੇ ਚੰਨਾ ਹੋ ਚੀਰੇ ਵਾਲਿਆ, ਹੋ ਚੀਰੇ ਵਾਲਿਆ। ਥੈਂਕ ਯੂ। ਪਹਿਲਾਂ ਬੋਲਦੇ ਨਹੀਂ ਵੇ, ਚੁੱਪ ਨਹੀਂ ਕਿਤੇ ਛੇਤੀ, ਹੈ ਨਾ? ਉਹ ਹੈ ਨਾ ਪੂਰਾ ਸੀਗਾ, ਅੱਧਾ ਸੁਣਨ ਦਾ ਤੁਸੀਂ ਕਹਿੰਦੇ ਕਿ ਅਲਾਪ ਲਾ ਕੇ ਬੰਦ ਕਰਤਾ। ਸਹੇਲੀ ਸੁਣੀ ਹੈਗੀ ਤੁਹਾਡੀ? ਨਹੀਂ ਮੇਰੀ ਹਲੇ ਨਹੀਂ। ਹਾਏ ਜਿਹੜਾ ਕਿ ਉਹ ਵਿੱਚ ਬੜਾ ਇਦਾਂ ਦਾ ਕਹਿੰਦਾ ਹਾਏ, ਨਹੀਂ ਹੈ? ਨਹੀਂ ਹੈਗੀ ਨਾ। ਹੋਰ ਸੁਣਾਓ ਕਿੱਦਾਂ ਚੱਲ ਰਹੀ ਹੈ? ਬਸ ਵਧੀਆ, ਬਹੁਤ ਵਧੀਆ ਚੱਲ ਰਹੀ ਹੈ। ਤੇ ਵਧੀਆ ਗਾਉਂਦੇ ਆ ਤੁਸੀਂ, ਕਦੇ ਨਹੀਂ ਸੁਣਾਇਆ ਪਹਿਲਾਂ? ਹੈ ਕੋਈ ਪੁੱਛਿਆ ਹੀ ਹੋਣਾ, ਤੁਸੀਂ ਪੁੱਛਿਆ ਹੀ ਹੋਣਾ, ਲੇਟ ਪੁੱਛਿਆ ਸੀ। ਹਾਂ ਤੁਸੀਂ ਆਉਂਦੇ ਪੁੱਛ ਲੈਣਾ ਮੈਨੂੰ ਤੁਸੀਂ ਤੇ ਪੁੱਛ ਲੈਣਾ ਸੀ, ਤੁਸੀਂ ਬਚਪਨ ਵਿੱਚ ਚੱਲ ਗਏ ਗਾਣਾ ਉਹੀ ਹਾਂ। ਚਲੋ ਠੀਕ ਆ, ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਇੰਜੋਏ ਕਰੋ ਤੁਸੀਂ। ਚੱਲੇ ਕਿੱਥੇ ਸੀ ਅੱਧਾ ਹੁਣ? ਚੱਲੇ ਬਸ ਕਾ ਪੀ ਕੇ ਆਏ ਹਾਂ ਇਧਰੋਂ, ਹੁਣ ਇਧਰ ਚੱਲੇ ਹਾਂ। ਅੱਛਾ ਪਹਿਲਾਂ ਉਧਰੋਂ ਖਾਏ, ਇਧਰ ਪੀਣ ਚੱਲੇ ਹੁਣ? ਹਾਂ ਸਹੀ ਆ, ਚਲੋ ਠੀਕ ਆ, ਥੈਂਕ ਯੂ।